ਜਲੰਧਰ ਦੇ ਵਿੱਚ ਮਠਿਆਈ ਦੀ ਦੁਕਾਨ ਤੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਦੋ ਭਰਾਵਾਂ ਨੇ ਹਲਵਾਈ ਤੇ ਇਲਜ਼ਾਮ ਲਗਾਏ। ਹਲਵਾਈ ਦੇ ਕੋਲੋਂ ਖਰੀਦੇ ਸਮੋਸੇ ਚੋਂ ਮੱਖੀ ਨਿਕਲੀ ਤਾਂ ਹਲਵਾਈ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜਲੰਧਰ ਦੇ ਵਿੱਚ ਇੱਕ ਮਠਿਆਈ ਦੀ ਦੁਕਾਨ ਤੇ ਹੰਗਾਮਾ ਹੋ ਗਿਆ ਜਦੋਂ ਦੋ ਭਰਾਵਾਂ ਦੇ ਵੱਲੋਂ ਹਲਵਾਈ ਤੇ ਇੱਥੇ ਇਲਜ਼ਾਮ ਲਗਾਏ ਗਏ ਕਿ ਇਸ ਸਮੋਸੇ ਦੇ ਵਿੱਚੋਂ ਮੱਖੀ ਨਿਕਲੀ ਹੈ। ਉੱਧਰ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹਲਵਾਈ ਦੇ ਵੱਲੋਂ। ਸੋ ਇਹ ਸਮੋਸੇ ਜਿਹੜੇ ਉਹ ਖਰੀਦੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਮੱਖੀ ਨਿਕਲੀ, ਹਲਵਾਈ ਨੇ ਇਲਜ਼ਾਮਾਂ ਨੂੰ ਇੱਥੇ ਬੇਬੁਨਿਆਦ ਵੀ ਦੱਸਿਆ। ਹਲਵਾਈ ਕੋਲੋਂ ਖਰੀਦੇ ਸਮੋਸੇ 'ਚੋਂ ਮੱਖੀ ਨਿਕਲੀ ਤਾਂ ਦੋ ਭਰਾਵਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਕਿਸ ਤਰ੍ਹਾਂ ਨਾਲ ਮੱਖੀ ਵਾਲੇ ਸਮੋਸੇ ਜਿਹੜੇ ਉਹ ਵੇਚ ਜਾ ਰਹੇ ਨੇ। ਸੋ ਜਲੰਧਰ 'ਚ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਹੋਇਆ। ਰਾਮਾ ਮੰਡੀ ਦੇ ਵਿੱਚ ਸਥਿਤ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਜਦੋਂ ਹੋਇਆ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਦੋ ਭਰਾਵਾਂ ਦੇ ਵੱਲੋਂ ਹਲਵਾਈ 'ਤੇ ਹੀ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਮੱਖੀ ਵਾਲੇ ਸਮੋਸੇ ਜੋ ਨੇ ਉਹਨਾਂ ਨੂੰ ਦਿੱਤੇ ਗਏ। ਦੂਜੇ ਪਾਸੇ ਹਲਵਾਈ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ। ਭਾਅ ਜੀ ਦੇਖੋ, ਅਸੀਂ ਨਾ ਸਮੋਸੇ ਲੈ ਕੇ ਗਏ ਹਾਂ, ਵਿੱਚੋਂ ਕੋਕਰੇ ਨਿਕਲੇ ਸੀ ਇਹਨਾਂ ਕੋਲ ਲੈ ਕੇ ਆਏ। ਮੈਂ ਕਿਹਾ ਕੋਕਰੇ ਨਿਕਲੇ ਵਿੱਚੋਂ ਦੀ, ਤੁਸੀਂ ਗੰਦ ਮਾ ਦਿਖਾਉਂਦੇ ਨੇ, ਕਹਿੰਦੇ ਇਹ ਤਾਂ ਨਹੀਂ ਆਇਆ ਇਹਨੂੰ, ਕਹਿੰਦੇ ਕੱਢਣੀ ਵਿੱਚੋਂ ਕੱਢਣੀ ਨਹੀਂ ਹੈਗੀ। ਇੱਦੀ ਦੇਖੋ ਜੀ, ਦੇਖ ਲੈਣਾ ਕੱਢ ਕੇ ਨਹੀਂ ਵਿੱਚ, ਇੱਦੀ ਦੇਖੋ ਤੁਹਾਨੂੰ ਪਤਾ ਲੱਗਦਾ। ਇੱਦਾਂ ਕਿਉਂ ਨਹੀਂ ਦੇਖਦਾ, ਸਾਫ ਕਲੀਅਰ ਦੇਖਦਾ ਵੇ। ਮੈਂ ਹੁੰਦਾ ਇੱਕ ਸਮੋਸੇ ਖਾਂਦੇ ਸੀਗੇ, ਥੋੜੇ ਵਿੱਚ ਬਾਲ ਬੂਲ ਆਏ ਸੀਗੇ, ਆਪਾਂ ਇਗਨੋਰ ਕਰਤਾ ਸੀ, ਚੱਲ ਬੋਰੀ ਦੇ ਬਾਲ ਹੋਣੇ, ਚਿੱਟੇ ਚਿੱਟੇ ਛੋਟੇ ਛੋਟੇ ਬਾਲ ਆਏ ਸੀ, ਆਪਾਂ ਇਗਨੋਰ ਕੀਤਾ। ਅੱਜ ਫਿਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਣ ਚੱਲ ਗਏ, ਅਸੀਂ ਸਮੋਸੇ ਇੰਨੇ ਮੂੰਹ 'ਚ ਪਾਇਆ ਹੀ ਆ, ਬ੍ਰਦਰ ਨੇ ਅੱਧਾ ਸਮੋਸਾ ਖਾਧਾ ਤਾਂ ਉਹਦੇ 'ਚ ਕੀੜਾ ਨਿਕਲਿਆ ਸਮੋਸੇ 'ਚੋਂ। ਲਾਈਕ ਕਹਿ ਲਓ ਤੁਸੀਂ ਕੋਕਰੇ 'ਚ ਹੁੰਦੇ ਨਾ, ਬਿਲਕੁਲ ਸਫਾਈ ਨਹੀਂ, ਉਹ ਕੋਕਰੇ ਨਿਕਲੇ ਆਪਾਂ ਨੂੰ। ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ ਅਤੇ ਬੰਦਾ ਉਲਟਾ ਕਹਿੰਦਾ ਨਹੀਂ ਜੀ ਇਹ ਧਨੀਆ, ਜੇ ਤੇਰੇ ਐਨਕਾਂ ਲੱਗੀਆਂ ਤਾਂ ਭਰਾਵਾ ਚਾਤਰਾ ਦਾ ਦੇਖ ਲਾ, ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਧਨੀਆ। ਬਾਹਰੋਂ ਦੋ ਬੰਦੇ ਸਰਦਾਰ ਆਏ ਕਹਿੰਦੇ ਨਹੀਂ ਭਾਈ ਧਨੀਆ ਨਹੀਂ ਹੈ ਕਿ ਕੋਕਰੇ 'ਚ ਹੀ ਆ। ਦੱਸੋ ਯਾਰ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੀ ਨੂੰ ਗੰਦ ਖਵਾ ਰਹੇ ਹੋ ਤਾਂ ਤੁਹਾਡੇ ਕਾਹਦਾ ਯਾਰ ਫਾਇਦਾ, ਤਾਂ ਤੁਸੀਂ ਸਾਡੀ ਹੈਲਥ ਨਾਲ ਹੀ ਖਿਲਵਾੜ ਕਰਦੇ ਪਏ ਹੋ ਯਾਰ। ਘੱਟੋ ਘੱਟ ਤੁਸੀਂ ਦੇਖੋ ਸਹੀ ਆਪਣੇ ਇੱਥੇ ਯਾਰ, ਆਪਣੀ ਜਨਤਾ ਹੀ ਆਪਣੀ ਇੱਦਾਂ ਦੀ ਆ, ਆਪਣੇ ਜਿਹੜੇ ਫੂਡ ਡਿਪਾਰਟਮੈਂਟ ਆ ਉਹ ਵੀ ਚੈੱਕ ਨਹੀਂ ਕਰਦਾ ਕਿ ਕਿਹੜਾ ਬੰਦਾ ਸਾਫ਼ ਸੁਥਰੀ ਰੱਖਦਾ ਕਿਹੜਾ ਨਹੀਂ ਰੱਖਦਾ। ਚੈੱਕ ਕਰੋ ਸਾਰੇ ਪਾਸੇ ਕਿੰਨੀ ਕੁ ਸਫਾਈ ਆ। ਜਲੰਧਰ ਦੇ ਵਿੱਚ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਦੋ ਭਰਾਵਾਂ ਨੇ ਹਲਵਾਈ 'ਤੇ ਇਲਜ਼ਾਮ ਲਗਾਏ। ਹਲਵਾਈ ਦੇ ਕੋਲੋਂ ਖਰੀਦੇ ਸਮੋਸੇ 'ਚੋਂ ਮੱਖੀ ਨਿਕਲੀ ਤਾਂ ਹਲਵਾਈ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਸੋ ਜਲੰਧਰ ਦੇ ਵਿੱਚ ਇੱਕ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਹੋ ਗਿਆ ਜਦੋਂ ਦੋ ਭਰਾਵਾਂ ਦੇ ਵੱਲੋਂ ਹਲਵਾਈ 'ਤੇ ਇੱਥੇ ਇਲਜ਼ਾਮ ਲਗਾਏ ਗਏ ਕਿ ਇਸ ਸਮੋਸੇ ਦੇ ਵਿੱਚੋਂ ਮੱਖੀ ਨਿਕਲੀ ਹੈ। ਉੱਧਰ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹਲਵਾਈ ਦੇ ਵੱਲੋਂ। ਸੋ ਇਹ ਸਮੋਸੇ ਜਿਹੜੇ ਉਹ ਖਰੀਦੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਮੱਖੀ ਨਿਕਲੀ, ਹਲਵਾਈ ਨੇ ਇਲਜ਼ਾਮਾਂ ਨੂੰ ਇੱਥੇ ਬੇਬੁਨਿਆਦ ਵੀ ਦੱਸਿਆ। ਹਲਵਾਈ ਕੋਲੋਂ ਖਰੀਦੇ ਸਮੋਸੇ 'ਚੋਂ ਮੱਖੀ ਨਿਕਲੀ ਤਾਂ ਦੋ ਭਰਾਵਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਕਿਸ ਤਰ੍ਹਾਂ ਨਾਲ ਮੱਖੀ ਵਾਲੇ ਸਮੋਸੇ ਜਿਹੜੇ ਉਹ ਵੇਚ ਜਾ ਰਹੇ ਨੇ। ਸੋ ਜਲੰਧਰ 'ਚ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਹੋਇਆ। ਰਾਮਾ ਮੰਡੀ ਦੇ ਵਿੱਚ ਸਥਿਤ ਮਠਿਆਈ ਦੀ ਦੁਕਾਨ 'ਤੇ ਹੰਗਾਮਾ ਜਦੋਂ ਹੋਇਆ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਦੋ ਭਰਾਵਾਂ ਦੇ ਵੱਲੋਂ ਹਲਵਾਈ 'ਤੇ ਹੀ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਮੱਖੀ ਵਾਲੇ ਸਮੋਸੇ ਜੋ ਨੇ ਉਹਨਾਂ ਨੂੰ ਦਿੱਤੇ ਗਏ। ਦੂਜੇ ਪਾਸੇ ਹਲਵਾਈ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ। ਭਾਅ ਜੀ ਦੇਖੋ, ਅਸੀਂ ਨਾ ਸਮੋਸੇ ਲੈ ਕੇ ਗਏ ਹਾਂ, ਵਿੱਚੋਂ ਕੋਕਰੇ ਨਿਕਲੇ ਸੀ ਇਹਨਾਂ ਕੋਲ ਲੈ ਕੇ ਆਏ। ਮੈਂ ਕਿਹਾ ਕੋਕਰੇ ਨਿਕਲੇ ਵਿੱਚੋਂ ਦੀ, ਤੁਸੀਂ ਗੰਦ ਮਾ ਦਿਖਾਉਂਦੇ ਨੇ, ਕਹਿੰਦੇ ਇਹ ਤਾਂ ਨਹੀਂ ਆਇਆ ਇਹਨੂੰ, ਕਹਿੰਦੇ ਕੱਢਣੀ ਵਿੱਚੋਂ ਕੱਢਣੀ ਨਹੀਂ ਹੈਗੀ। ਇੱਦੀ ਦੇਖੋ ਜੀ, ਦੇਖ ਲੈਣਾ ਕੱਢ ਕੇ ਨਹੀਂ ਵਿੱਚ, ਇੱਦੀ ਦੇਖੋ ਤੁਹਾਨੂੰ ਪਤਾ ਲੱਗਦਾ। ਇੱਦਾਂ ਕਿਉਂ ਨਹੀਂ ਦੇਖਦਾ, ਸਾਫ਼ ਕਲੀਅਰ ਦੇਖਦਾ ਵੇ। ਮੈਂ ਹੁੰਦਾ ਇੱਕ ਕੋਕਰੇ ਜਾ ਬਲੀਨਾ, ਕਿਹੜੀ ਆ ਸ਼ੋਪ ਦਾ ਨਾਮ? ਨਿਊ ਬਲੀਨਾ ਸ਼ੋਪ ਆਉਂਦੀ ਆ,
ਇਹ ਕਹਿੰਦਾ ਚੱਲ ਸਮੋਸੇ ਖਾਂਦੇ ਹਾਂ। ਅਸੀਂ ਸਮੋਸੇ ਵਾਸਤੇ ਨਾ ਉੱਧਰ ਚਲੇ ਗਏ, ਸਾਨੂੰ ਨਹੀਂ ਪਤਾ, ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਧੇ ਸੀਗੇ, ਥੋੜ੍ਹੇ ਵਿੱਚ ਬਾਲ ਬੂਲ ਆਏ ਸੀਗੇ, ਆਪਾਂ ਇਗਨੋਰ ਕਰਤਾ। ਅਸੀਂ ਕਿਹਾ ਚੱਲ ਬੋਰੀ ਦੇ ਬਾਲ ਹੋਣੇ, ਚਿੱਟੇ ਚਿੱਟੇ ਛੋਟੇ ਛੋਟੇ ਬਾਲ ਆਏ ਸੀ, ਆਪਾਂ ਇਗਨੋਰ ਕੀਤਾ। ਅੱਜ ਫਿਰ ਦੁਬਾਰਾ ਅਸੀਂ ਕਿਤੇ ਸਮੋਸੇ ਖਾਣ ਚਲੇ ਗਏ, ਅਸੀਂ ਸਮੋਸਾ ਇੰਨੇ ਮੂੰਹ 'ਚ ਪਾਇਆ ਹੀ ਆ, ਬ੍ਰਦਰ ਨੇ ਅੱਧਾ ਸਮੋਸਾ ਖਾਧਾ, ਤਾਂ ਉਹਦੇ 'ਚੋਂ ਕੀੜਾ ਨਿਕਲਿਆ ਸਮੋਸੇ 'ਚੋਂ। ਲਾਈਕ ਕਹਿ ਲਓ ਤੁਸੀਂ ਕੋਕਰੇਜ ਹੁੰਦੇ ਨਾ, ਬਿਲਕੁਲ ਸਫਾਈ ਨਹੀਂ, ਉਹ ਕੋਕਰੇ ਨਿਕਲੇ ਆਪਾਂ ਨੂੰ। ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ, ਅਤੇ ਬੰਦਾ ਉਲਟਾ ਕਹਿੰਦਾ ਨਹੀਂ ਜੀ ਇਹ ਤਾਂ ਨਹੀਂ ਆ, ਜੇ ਤੇਰੇ ਐਨਕਾਂ ਲੱਗੀਆਂ ਤਾਂ ਭਰਾਵਾ ਚਾਤਰਾ ਦਾ ਦੇਖ ਲਾ। ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਧਨੀਆ, ਬਾਹਰੋਂ ਦੋ ਬੰਦੇ ਸਰਦਾਰ ਆਏ ਕਹਿੰਦੇ ਨਹੀਂ ਭਾਈ ਧਨੀਆ ਨਹੀਂ ਹੈ ਕਿ ਕੋਕਰੇ 'ਚ ਹੀ ਆ। ਦੱਸੋ ਯਾਰ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੀਆਂ ਨੂੰ ਗੰਦ ਖਵਾ ਰਹੇ ਹੋ, ਤਾਂ ਤੁਹਾਡੇ ਕਾਹਦਾ ਯਾਰ ਫਾਇਦਾ, ਤਾਂ ਤੁਸੀਂ ਸਾਡੀ ਹੈਲਥ ਨਾਲ ਹੀ ਖਿਲਵਾੜ ਕਰਦੇ ਪਏ ਹੋ ਯਾਰ। ਘੱਟੋ ਘੱਟ ਤੁਸੀਂ ਦੇਖੋ ਸਹੀ ਆਪਣੇ ਇੱਥੇ ਯਾਰ, ਆਪਣੀ ਜਨਤਾ ਹੀ ਆਪਣੀ ਇੱਦਾਂ ਦੀ ਆ, ਆਪਣੇ ਜਿਹੜੇ ਫੂਡ ਡਿਪਾਰਟਮੈਂਟ ਆ ਉਹ ਵੀ ਚੈੱਕ ਨਹੀਂ ਕਰਦਾ ਕਿ ਕਿਹੜਾ ਬੰਦਾ ਸਾਫ਼ ਸਫਾਈ ਰੱਖਦਾ ਕਿਹੜਾ ਨਹੀਂ ਰੱਖਦਾ। ਚੈੱਕ ਕਰੋ ਸਾਰੇ ਪਾਸੇ ਕਿੰਨੀ ਕੁ ਸਫਾਈ ਆ,